ਕਿਵੇਂ ਲੱਗ ਰਿਹਾ, ਕਿਵੇਂ ਵਿਅਕਤੀ ਸਰਸਾਰੇ? ਇਹ ਸਾਰੇ ਲੱਗੇ ਆਪਣੇ ਆਪਣੇ ਕੰਮ ਠੀਕ ਹੈ ਬਿਲਕੁਲ। ਹਾਂਜੀ, ਮੁਕਾਬਲੇ ਦੀ ਗੱਲ ਕਰ ਲਈਏ ਤਾਂ ਵੱਖ ਵੱਖ ਪਾਰਟੀਆਂ ਦੇ ਸਟਾਰ ਮੈਨੇਜਮੈਂਟ ਵੀ ਹਮਲਾ ਦੇ ਤਾਂ ਆਉਂਦੇ ਹੀ ਹੁੰਦੇ ਸੀ। ਇਹ ਕਿਹੜਾ ਪਹਿਲੀ ਵਾਰ ਹੋਣ ਲੱਗਾ, ਅਗਲੇ ਦਿਨ ਸਾਰੇ ਜਣੇ ਆਉਂਦੇ ਹੀ ਹੁੰਦੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਇੰਟਰਵਿਊ ਵਿੱਚ ਕਿਹਾ ਗਿਆ ਕਿ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਆਪਣਾ ਜਿਹੜਾ ਬਿੱਲ ਲਿਆਉਂਦੇ ਸੀਗੇ ਉਹ ਛੋਟੇ ਕਿਸਾਨਾਂ ਦੇ ਹੱਕ ਦੇ ਵਿੱਚ, ਉਹਨਾਂ ਦੇ ਫਾਇਦੇ ਲਈ ਸੀਗੇ, ਪਰ ਦੇਸ਼ ਹਿੱਤ ਲਈ ਵਾਪਸ ਲੈਣੇ ਪਏ। ਉਹਦਾ ਮਤਲਬ ਪਹਿਲੇ ਦੇਸ਼ ਦੇ ਖਿਲਾਫ ਸਹਿਣੇ ਇੱਥੇ ਦੇ ਤਾਂ ਲਿਆਉਂਦੇ ਨੇ, ਅਤੇ ਖੁਦ ਪ੍ਰਧਾਨ ਮੰਤਰੀ ਜੀ ਫਿਰ ਮੰਨ ਗਏ ਨੇ ਕਿ ਦੇਸ਼ ਹਿੱਤ 'ਚ ਵਾਪਸ ਲਏ ਨੇ। ਉਹਦਾ ਮਤਲਬ ਪਹਿਲੇ ਦੇਸ਼ ਦੇ ਹਿੱਤ 'ਚ ਨਹੀਂ ਸੀ ਤਾਂ ਲੈ ਕੇ ਆਉਂਦੇ, ਅਸੀਂ ਵੀ ਇਹੀ ਕਹਿ ਰਹੇ ਸੀ ਕਿ ਦੇਸ਼ ਦੇ ਹਿੱਤ 'ਚ ਨਹੀਂ। ਕਹਿੰਦੇ ਪਰ ਛੋਟੇ ਕਿਸਾਨਾਂ ਦਾ ਜਿਹੜਾ ਬਹੁਤ ਫਾਇਦਾ ਸੀਗਾ ਇਹਦੇ ਵਿੱਚ, ਛੋਟੇ ਕਿਸਾਨਾਂ ਦਾ ਫਾਇਦਾ ਹੁੰਦਾ ਤਾਂ ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹੈ ਹੀ ਛੋਟੇ ਕਿਸਾਨ ਸੀ, ਵੱਡਾ ਤਾਂ ਕੋਈ ਗਿਆ ਹੀ ਨਹੀਂ। ਵੱਡਾ ਤਾਂ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਸੁਖਬੀਰ ਸਿੰਘ ਬਾਦਲ, ਇਹ ਤਾਂ ਘਰੋਂ ਹੀ ਨਹੀਂ ਨਿਕਲੇ, ਛੋਟਾ ਕਿਸਾਨ ਹੀ ਬੈਠਾ ਦਿੱਲੀ ਦੇ ਬਾਰਡਰ 'ਤੇ। ਉਹਨਾਂ ਵੱਲੋਂ ਕਹਿਣਾ ਸੀਗਾ ਕਿ ਜਿਹੜਾ ਅਕਾਲੀ ਦਲ ਦੇ ਨਾਲ ਗੱਠਜੋੜ ਸੀਗਾ ਪਿਛਲੇ ਸਮੇਂ ਦੇ ਵਿੱਚ ਉਹ ਇੱਕ ਕੰਪਰੋਮਾਈਜ਼ ਸੀਗਾ ਸਿਰਫ ਪੰਜਾਬ ਦੀ ਅਮਨ ਸ਼ਾਂਤੀ ਨੂੰ ਰੱਖਣ ਲਈ, ਹੁਣ ਤੋੜਨ ਵਾਸਤੇ ਤੋੜਿਆ ਨੇ। ਹੁਣ ਇਹਦਾ ਜਵਾਬ ਦੇਣ ਕਿ ਉਹਦਾ ਮਤਲਬ ਕਿ ਜਿਹੜਾ ਕੰਪਰੋਮਾਈਜ਼ ਪਹਿਲੇ ਸੀ ਉਹ ਤਾਂ ਅਮਨ ਸ਼ਾਂਤੀ ਵਾਸਤੇ ਸੀ, ਜੇ ਹੁਣ ਤੋੜਿਆ ਉਹਦਾ ਮਤਲਬ ਅਮਨ ਸ਼ਾਂਤੀ ਇਹ ਭੰਗ ਕਰਨਾ ਚਾਹੁੰਦੇ ਨੇ, ਇਹ ਖੁਦ ਹੀ ਕੰਟਰਡਿਕਟਰੀ ਗੱਲਾਂ ਕਰ ਰਹੇ ਨੇ। ਸਟਾਰ ਪ੍ਰਚਾਰਕ ਵਗੈਰਾ ਆਪਣੇ ਆ ਰਹੇ ਸਾਰੇ ਗੁਰਦਾਸਪੁਰ ਜਾਂ ਹੋਰ ਪੰਜਾਬ 'ਚ ਕਾਂਗਰਸ ਦੇ ਹੋਰ ਵੱਡੇ ਪ੍ਰਚਾਰਕ? ਮੇਰੇ ਖਿਆਲ ਆਉਣਗੇ ਜਾਂਦੇ ਨਾ ਵਿੱਚ, ਇੱਥੇ ਬਹੁਤ ਸਾਰੇ ਮੈਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ। ਰਾਮ ਰਹੀਮ ਦੀ ਫੇਰੀ ਨੂੰ ਪਰੋਲ ਦਿੱਤੀ ਗਈ, ਹਜੇ ਜਿਹੜੀ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਹੈ ਉਹਦੇ ਬਾਰੇ? ਰਾਮ ਰਹੀਮ ਨੂੰ ਪਰੋਲ ਜਾਣ ਬੁੱਝ ਕੇ ਭਾਜਪਾ ਨੇ ਦਿੱਤੀ ਹੈ, ਕਿਉਂਕਿ ਹਰਿਆਣੇ ਵਿੱਚ ਉਹਨਾਂ ਦੀਆਂ ਸਰਵਿਸਿਜ ਇਸਤੇਮਾਲ ਕਰਨਾ ਜਾਣਗੇ ਪੰਜਾਬ ਦੇ ਬਾਰਡਰਸ ਦੇ ਉੱਤੇ। ਪੰਜਾਬ ਦਾ ਮਾਹੌਲ ਅੱਗੇ ਵੀ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੋ ਕੇ ਵਿਗਾੜਦਾ ਰਿਹਾ, ਹੁਣ ਫਿਰ ਕੋਈ ਨਾ ਕੋਈ ਇਹੋ ਜਿਹਾ ਮਨਸੂਬਾ ਹੋਏਗਾ ਜੀ। ਅਕਾਲੀ ਦਲ ਵੈਲਕਮ ਕਰ ਰਿਹਾ ਹੈਗਾ? ਅਕਾਲੀ ਦਲ ਨੇ ਤਾਂ ਵੈਲਕਮ ਹੀ ਕਰਨਾ, ਕਿਉਂ ਰਾਮ ਰਹੀਮ ਨੂੰ ਪਿਛਲੀ ਇਲੈਕਸ਼ਨਾਂ ਦੀ ਈਵ 'ਤੇ 2017 'ਚ ਮਾਫ਼ੀਨਾਮਾ ਵੀ ਜਿਹੜਾ ਸੀ ਬਿਨਾਂ ਚਿੱਠੀ ਲਿਖਿਆ ਇਹਨਾਂ ਨੇ ਜਿਹੜਾ ਦਵਾਇਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਕੋਲੋਂ, ਉਹ ਵੀ ਅਕਾਲੀ ਦਲ ਨੇ ਕਰਵਾਇਆ ਸੀ। ਤਾਂ ਇਹ ਤਾਂ ਬਿੱਲੀ ਥੈਲੀਓਂ ਬਾਹਰ ਆਈ ਹੈ, ਜੋ ਇਹ ਪਹਿਲੇ ਕਰਦੇ ਰਹੇ ਨੇ ਉਹੀ ਏਜੰਡਾ ਇਹਨਾਂ ਦਾ ਅਕਾਲੀ ਦਲ ਦਾ ਹੋਣੇ। ਵੋਟਾਂ ਦੀ ਸਿਆਸਤ? ਹਾਂਜੀ, ਵੋਟਾਂ ਦੀ ਸਿਆਸਤ ਹੋ ਰਹੀ 100% 100%। 30 ਹਲਕੇ ਜਿਹੜੇ ਨੇ ਹਰਿਆਣਾ ਨੂੰ ਬਾਰਡਰ ਕਰਦੇ ਬਠਿੰਡੇ ਤੋਂ ਲੈ ਕੇ ਪਟਿਆਲੇ ਤੱਕ, ਉਹਦੇ ਵਿੱਚ ਇਹ ਸੱਚੇ ਸੌਦੇ ਦੀ ਵੋਟ ਹੈ, ਉਹਨੂੰ ਹੀ ਇਹ ਕੀ ਕਹਿੰਦੇ ਨੇ ਸਪੋਰਟ ਲੈਣ ਵਾਸਤੇ ਸੱਚੇ ਸੌਦੇ ਦੀ, ਇਸੇ ਗੱਲੋਂ ਕਰੋਲ ਦਿੱਤੀ ਗਈ।